ਇਸ 1-to-1 ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਕਰੀਬ 26 ਸਾਲ ਪਹਿਲਾਂ ਪੰਜਾਬ 'ਚ ਇੱਕ ਨਵੇਂ ਅਤੇ ਵੱਖਰੇ ਸਿਆਸੀ ਲੀਡਰ ਉਭਰੇ ਸਨ। 1999 ਦੀਆਂ ਲੋਕ ਸਭਾ ਚੋਣਾਂ 'ਚ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਲ ਕਰਕੇ ਸਾਰੇ ਮੁਲਕ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹਾਲੇ ਵੀ ਉਹ ਚਰਚਾ 'ਚ ਜ਼ਰੂਰ ਰਹਿੰਦੇ ਨੇ, ਪਰ ਹੁਣ ਉਹਨਾਂ ਨੂੰ ਬਹੁਤੀਆਂ ਵੋਟਾਂ ਨਹੀਂ ਮਿਲਦੀਆਂ। ਇਹ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਧੜੇ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜੋ ਲਗਾਤਾਰ ਇੱਕ ਵੱਖਰੇ ਸਿੱਖ ਰਾਜ ਦੀ ਗੱਲ ਕਰਦੇ ਆ ਰਹੇ ਨੇ। ਉਹਨਾਂ ਦੇ ਉਤਰਾਅ ਚੜਾਅ ਦੇ ਕੀ ਕਾਰਨ ਨੇ ਅਤੇ ਸਿਆਸੀ ਤੌਰ 'ਤੇ ਉਹ ਹੁਣ ਕਿੱਥੇ ਖੜ੍ਹੇ ਨੇ, ਅਸੀਂ ਇਹਨਾਂ ਸਾਰੇ ਮਸਲਿਆਂ 'ਤੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ, ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਗੁਰਫਤਿਹ। ਤੁਹਾਡੀ ਸਿਹਤ ਪਿੱਛੇ ਜੇ ਖਰਾਬ ਹੋ ਗਈ ਸੀ, ਮੈਂ ਸੁਣਿਆ ਵਾ PGI ਵੀ ਤੁਸੀਂ ਕਾਫੀ ਦੇ ਰਹੇ ਜੇ, ਕੀ ਗੱਲ ਹੋ ਗਈ ਸੀ? ਉਹ ਮੇਰੇ ਹਾਰਟ ਦੇ ਉੱਤੇ ਬੈਕਟੀਰੀਆ ਇਨਫੈਕਸ਼ਨ ਹੋ ਗਈ ਸੀਗੀ। ਓਕੇ। ਫਿਰ ਉਹਨੂੰ ਖਤਮ ਕਰਦਿਆਂ ਕਰਦਿਆਂ 2 ਮਹੀਨੇ ਲੱਗ ਗਏ ਜੀ, ਹੁਣ ਮੈਂ ਠੀਕ ਹੈ। ਸਿੱਖਾਂ ਨੇ ਬਹੁਤ ਅਰਦਾਸਾਂ ਕੀਤੀਆਂ, ਬੜੀ ਕਿਰਪਾ ਹੈ ਸਿੱਖ ਕੌਮ ਦੀ, ਜਿਨ੍ਹਾਂ ਨੇ ਫਿਰ ਮੈਨੂੰ ਪੈਰਾਂ 'ਤੇ ਖੜ੍ਹਾ ਕਰਤਾ ਅਤੇ ਡਾਕਟਰਾਂ ਨੇ। ਹੁਣ ਬਿਲਕੁਲ ਠੀਕ ਠਾਕ ਜੇ ਨਾ, ਕਿਉਂਕਿ ਮੈਂ ਕੁਝ ਸਖ਼ਤ ਸਵਾਲ, ਔਖੇ ਸਵਾਲ ਪੁੱਛਣੇ ਆ। ਹਾਂ ਸੰਧੂ ਸਾਹਿਬ, ਵਾਲੀ ਹੈ ਫਿਰ ਇਹ, ਜੇ ਤੁਹਾਡੇ ਕੋਲ ਆ ਗਏ ਤਾਂ ਫਿਰ ਠੀਕ ਹੀ ਹੈ। ਤੁਸੀਂ ਬੜੇ ਸਾਲ ਪਹਿਲਾਂ ਇੱਕ ਵੱਖਰੇ ਸਿੱਖ ਰਾਜ ਦੀ ਮਾਨ ਸਾਹਿਬ ਗੱਲ ਕੀਤੀ ਸੀ, ਹੁਣ ਤੁਹਾਡੀ ਕੀ ਪੋਜੀਸ਼ਨ ਹੈ, ਕੀ ਉੱਥੇ ਹੀ ਖੜ੍ਹੇ ਜੇ ਹਾਲੇ ਵੀ? ਸੰਧੂ ਸਾਹਿਬ, ਸਾਨੂੰ 1950 ਦੇ ਵਿੱਚ ਸਿੱਖਾਂ ਨੇ ਆਪਣੀ ਮਾਨਤਾ ਇੰਡੀਅਨ ਸਟੇਟ ਨੂੰ ਨਹੀਂ ਦਿੱਤੀ ਹੈ। ਸਾਡੇ ਜਿਹੜੇ 2 ਨੁਮਾਇੰਦੇ ਸੀਗੇ, ਸਰਦਾਰ ਹੁਕਮ ਸਿੰਘ ਅਤੇ ਭੁਪਿੰਦਰ ਸਿੰਘ ਮਾਨ, ਕੰਸਟੀਟਿਊਂਟ ਅਸੈਂਬਲੀ ਨੇ ਉਹਦੇ ਵਿੱਚ ਉਹਨਾਂ ਨੇ ਦਸਖਤ ਨਹੀਂ ਕੀਤੇ। ਸੋ ਵੀ ਇਨ ਐਨੀ ਵੇ ਹੈਵ ਨੋਟ ਗਿਵਨ ਅ ਅਪਰੂਵਲ ਟੂ ਜੁਆਇਨ ਦਾ ਇੰਡੀਅਨ ਯੂਨੀਅਨ। ਇਹ ਲੀਗਲ ਪੋਜੀਸ਼ਨ ਹੈ, ਇਹੀ ਲੀਗਲ ਪੋਜੀਸ਼ਨ ਅੱਜ ਹੈ ਕਿ ਅਸੀਂ ਆਪਣੀ ਅਪਰੂਵਲ ਨਹੀਂ ਦਿੱਤੀ। ਅਤੇ ਜੋ ਬਰਤਾਨੀਆ ਨੇ 1849 ਦੇ ਵਿੱਚ ਸਾਡੀ ਸੰਧੀ ਕੀਤੀ ਸੀ, ਅਤੇ ਉਹਨਾਂ ਨੇ ਕਿਹਾ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਉਮਰ 'ਤੇ ਹੋ ਜਾਂਦੇ ਹੈ ਤਾਂ ਤੁਹਾਡਾ ਰਾਜ, ਤੁਹਾਡੀ ਬਾਦਸ਼ਾਹੀ ਫਿਰ ਸੁਰਜੀਤ ਕੀਤੀ ਜਾਊਗੀ। ਅਤੇ ਉਹਨਾਂ ਨੇ ਸਿਰਫ ਮੁਅੱਤਲ ਕੀਤੀ ਸੀਗੀ, ਅਤੇ ਜਦੋਂ ਮੁਅੱਤਲ ਕਰਦੀ ਹੈ ਕੋਈ ਚੀਜ਼ ਨੂੰ, ਉਹ ਫਿਰ ਖਤਮ ਨਹੀਂ ਹੁੰਦੀ, ਉਹ ਸੁਰਜੀਤ ਹੋਇਆ ਕਰਦੀ ਹੈ। 1857 ਦੇ ਵਿੱਚ ਮੁਸਲਮਾਨਾਂ ਦਾ ਰਾਜ ਖਤਮ, ਨਲ ਐਬਰੋਗੇਟ ਕਰਤਾ ਸੀਗਾ, ਅਤੇ ਫਿਰ ਇਹ ਚਾਹੀਦਾ ਸੀ ਬਰਤਾਨੀਆ ਨੂੰ 1947 ਦੇ ਵਿੱਚ ਕਿ ਜਿਹੜਾ ਸਾਡਾ ਰਾਜ ਮੁਅੱਤਲ ਕੀਤਾ ਸੀ, ਇਸ ਨੂੰ ਮੁਸਲਮਾਨਾਂ ਵਰਗਣ ਪਾਕਿਸਤਾਨ ਅਤੇ ਹਿੰਦੂਆਂ ਵਰਗਣ ਭਾਰਤ ਸੁਰਜੀਤ ਕਰਕੇ ਜਾਂਦੇ। ਅਤੇ ਮੁਸਲਮਾਨਾਂ ਦਾ ਤਾਂ ਜਿਹੜਾ ਰਾਜ ਸੀ ਉਹ ਤਾਂ ਬਰਖਾਸਤ ਕਰ ਦਿੱਤਾ ਸੀਗਾ, ਅਤੇ ਹਿੰਦੂਆਂ ਨੇ ਕਦੇ ਹਿਸਟਰੀ ਦੇ ਵਿੱਚ ਸਵਾਏ ਯੋਧਿਆ 'ਚ ਕਦੇ ਰਾਜ ਹੀ ਨਹੀਂ ਕੀਤਾ। ਅਤੇ ਜਿਹੜੇ ਆਪਣੇ ਪ੍ਰੋਮਿਸਿਸ ਸੀਗੇ ਉਹਨਾਂ ਤੋਂ ਪਿੱਛੇ ਹਟ ਕੇ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਰਾਜ ਦੇਤਾ। ਅਤੇ 1947 ਦੇ ਵਿੱਚ ਆਪਾਂ ਜਦੋਂ ਆਏ ਹਾਂ, ਉਦੋਂ ਸਾਡੀਆਂ ਜਿਹੜੀਆਂ ਕੰਡੀਸ਼ਨ ਸੀਗੀਆਂ ਇਹਦੇ ਵਿੱਚ ਸ਼ਾਮਲ ਹੋਣ ਦੀਆਂ, ਉਹ ਪੂਰੀਆਂ ਵਾਅਦੇ ਨਹੀਂ ਕੀਤੇ ਜੋ ਗਾਂਧੀ ਅਤੇ ਨਹਿਰੂ ਨੇ ਕੀਤੇ ਸੀ ਸਾਡੇ ਪੋਲੀਟੀਕਲ ਪਾਰਟੀਜ਼ ਨਾਲ। ਅਤੇ ਫਿਰ ਸਾਡੇ ਨੁਮਾਇੰਦੇ ਜਿਹੜੇ ਕੰਸਟੀਟਿਊਂਟ ਅਸੈਂਬਲੀ ਸੀਗੇ ਉਹਨਾਂ ਨੇ ਇਨਕਾਰ ਕਰਤਾ ਕਿ ਅਸੀਂ ਦਸਖਤ ਨਹੀਂ ਕਰਦੇ। ਸੋ ਦੈਟ ਇਜ਼ ਦਾ ਪੋਜੀਸ਼ਨ, ਕੰਸਟੀਟਿਊਸ਼ਨਲ ਐਂਡ ਲੀਗਲ ਪੋਜੀਸ਼ਨ। ਪਰ ਹੁਣ ਜੇ ਤੁਸੀਂ ਸਿੱਖ ਰਾਜ ਦੀ ਗੱਲ ਕਰਦੇ ਜੇ ਮਾਨ ਸਾਹਿਬ, ਸੋਵਰਨ ਸਟੇਟ ਦੀ, ਖਾਲਿਸਤਾਨ ਦੀ ਗੱਲ ਕਰਦੇ ਜੇ, ਤਾਂ ਇਹਨੂੰ ਅੱਗੇ ਤੁਸੀਂ ਕਿਵੇਂ ਲੈ ਕੇ ਜਾਓਗੇ? ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਨਾ ਤਾਂ ਰੈਫਰੈਂਡਮ ਦੀ ਕੋਈ ਪ੍ਰੋਵੀਜ਼ਨ ਆ, ਨਾ ਕਿਸੇ ਇੱਕ ਵੱਖਰੇ ਮੁਲਕ ਦੀ ਕ੍ਰੀਏਸ਼ਨ ਦੀ ਪ੍ਰੋਵੀਜ਼ਨ ਆ। ਇਹ ਤਾਂ ਜੀ ਜੱਦੋ ਜਹਿਦ ਦੇ ਨਾਲ ਹੀ ਹੋਊਗਾ। ਜਿਵੇਂ ਸਕੋਟਲੈਂਡ ਨੇ ਜੱਦੋ ਜਹਿਦ ਕਰਕੇ ਰੈਫਰੈਂਡਮ ਕਰਵਾਇਆ ਬਰਤਾਨੀਆ ਤੋਂ, ਇਹ ਤਾਂ ਸਾਡੀ ਜੱਦੋ ਜਹਿਦ ਹੋਊਗੀ, ਅਸੀਂ ਮੈਂਬਰਸ ਬਣਾਂਗੇ ਪਾਰਲੀਮੈਂਟ ਦੇ। ਅਤੇ ਦੂਸਰਾ ਤਰੀਕਾ ਸੰਧੂ ਸਾਹਿਬ ਹੈ ਕਿ ਜੇ ਜੰਗ ਲੱਗ ਜੇ ਪਾਕਿਸਤਾਨ, ਚੀਨ ਅਤੇ ਭਾਰਤ ਦਾ, ਫਿਰ ਤਾਂ ਲਾਜ਼ਮੀ ਕੁਛ ਨਾ ਕੁਛ ਤਾਂ ਬਫਰ ਸਟੇਟ ਬਣੂਗੀ। ਜਿਹੜੇ 2 ਪਰਮਾਣੂ 3 ਮੁਲਕ ਹੈ, ਪਾਕਿਸਤਾਨ, ਚੀਨ ਅਤੇ ਭਾਰਤ, ਇਹਨਾਂ ਦੇ ਵਿੱਚ ਜੇ ਬਫਰ ਸਟੇਟ ਬਣ ਜਾਂਦੀ ਹੈ ਅਤੇ ਦੱਖਣ ਏਸ਼ੀਆ ਦੇ ਵਿੱਚ ਅਮਨ ਹਮੇਸ਼ਾ ਲਈ ਪੈਦਾ ਹੋਜੂ, ਕਿਉਂ ਕਰਕੇ ਇਹਨਾਂ ਤਿੰਨਾਂ ਮੁਲਕਾਂ ਦਾ ਆਪਸ ਦੇ ਵਿੱਚ ਇੱਟ ਕੁੱਤੇ ਦਾ ਵੈਰ ਹੈ।
ਤੁਹਾਡਾ ਮਾਨ ਸਾਹਿਬ ਕਨਸੈਪਟ ਕੀ ਹੈ, ਰੂਪਰੇਖਾ ਕੀ ਹੈ, ਜੀਓਗ੍ਰਾਫੀਕਲ ਲਿਮਿਟਸ ਕੀ ਹੈ ਜਿਹੜੇ ਤੁਸੀਂ ਵੱਖਰੇ ਸਿੱਖ ਰਾਜ ਦੀ ਗੱਲ ਕਰ? ਅਸੀਂ ਇਹ ਅਰੇਬੀਅਨ ਸੀ ਤੱਕ ਕੱਛ ਤੱਕ ਪਹੁੰਚਾਂਗੇ ਅਤੇ ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਲੇਹ ਲਦਾਖ, ਇਹ ਸਾਡੀ ਬਫਰ ਸਟੇਟ ਹੋਊਗੀ। ਕੱਛ ਤੋਂ ਲੈ ਕੇ ਉੱਤੇ ਹਿਮਾਚਲ ਪ੍ਰਦੇਸ਼ ਤੱਕ, ਇੱਧਰ ਰਾਜਸਥਾਨ, ਇਹ ਸਾਰੇ ਹਰਿਆਣਾ ਦਾ ਇਲਾਕਾ, ਹਾਂਜੀ, ਇਹ ਥੋੜ੍ਹੀ ਜਿਹੀ ਹਵਾਈ ਗੱਲਾਂ ਨਹੀਂ ਲੱਗਦੀਆਂ ਜੀ? ਹਕੀਕਤ ਤੋਂ ਬਹੁਤ ਦੂਰ ਹੈ ਮਾਨ ਸਾਹਿਬ? ਸ਼ਾਇਦ ਹਵਾਈ ਲੱਗਦੀਆਂ ਹੁਣ ਸੰਧੂ ਸਾਹਿਬ, ਪਰ ਇਹ ਜੇ ਪੀਸ ਰੱਖਣਾ ਸਾਊਥ ਏਸ਼ੀਆ ਦੇ ਵਿੱਚ, ਜਿੱਥੇ ਇੱਟ ਕੁੱਤੇ ਦਾ ਵੈਰ ਹੋਵੇ ਭਾਰਤ ਪਾਕਿਸਤਾਨ ਚੀਨ ਦਾ, ਅਤੇ ਨਹੀਂ ਤਾਂ ਇਹ ਇਲਾਕੇ ਸਾਰੇ ਤਬਾਹ ਹੋ ਜਾਣਗੇ ਨਿਊਕਲੀਅਰ ਵਾਰ ਦੇ ਨਾਲ। ਇਹ ਬੇਸ਼ੱਕ ਅਸੀਂ ਅੱਜ ਕਰ ਰਹੇ ਹਾਂ, ਅਤੇ ਕਾਂਗਰਸ ਅਤੇ ਮੁਸਲਮਾਨਾਂ ਨੇ ਵੀ ਹਵਾਈ 'ਚ ਫਾਇਰ ਕੀਤੇ ਸੀ, ਕਦੇ ਬਰਤਾਨੀਆ ਦਾ ਰਾਜ ਟੁੱਟ ਸਕਦਾ ਸੀਗਾ? ਤੁਸੀਂ ਦੱਸੋ। ਪਰ ਤੁਹਾਨੂੰ ਨਹੀਂ ਲੱਗਦਾ ਜੇ ਇਸ ਤਰ੍ਹਾਂ ਇੱਕ ਵੱਖਰੇ ਸਿੱਖ ਰਾਜ ਵੱਲ ਨੂੰ ਜੇ ਗੱਲ ਤੁਰਦੀ ਆ, ਅਤੇ ਜਿਹੜੇ ਸਿੱਖ ਭਾਰਤ ਪੰਜਾਬ ਤੋਂ ਬਾਹਰ ਵੱਸਦੇ ਆ, ਦੂਜੇ ਰਾਜਾਂ 'ਚ ਵੱਸਦੇ ਆ, ਉਹਨਾਂ ਵਾਸਤੇ ਇੱਕ ਬੜਾ ਵੱਡਾ ਖਤਰਾ ਪੈਦਾ ਹੋਜੂ। 1947 ਦੇ ਵਿੱਚ ਤੁਹਾਨੂੰ ਪਤਾ ਹੀ ਆ ਸਿੱਖਾਂ ਦਾ, ਪੰਜਾਬੀਆਂ ਦਾ ਕਿੰਨਾ ਨੁਕਸਾਨ ਹੋਇਆ। ਫਿਰ 1984 'ਚ ਜਿਹੜੇ ਦਿੱਲੀ ਦੇ ਵਿੱਚ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਆ, ਉਹਦੇ 'ਚ ਬਹੁਤ ਨੁਕਸਾਨ ਹੋ ਗਿਆ। ਸੋ ਇਹਦੇ ਨਾਲ ਦੰਗੇ ਸਾਰੇ ਪਾਸੇ ਭੜਕ ਸਕਦੇ ਆ? ਨਹੀਂ, ਅਸੀਂ ਕਿਉਂ ਕਰਕੇ ਜਿਹੜੇ ਪੰਜਾਬੀ ਹੈ ਇਹਨਾਂ ਦੇ ਨਾਲ ਕੁਛ ਨਹੀਂ ਕਰਨਾ ਹੈਗਾ। ਬੇਸ਼ੱਕ ਕਿਸੇ ਮਜ਼ਹਬ ਦੇ ਹੋਣ, ਹਿੰਦੂ ਹੋਣ, ਮੁਸਲਮਾਨ, ਈਸਾਈ ਹੋਣ, ਇਹਨਾਂ ਨੂੰ ਪੂਰੇ ਰਾਈਟਸ ਦੇਵਾਂਗੇ ਜਿਵੇਂ ਇਹ ਪਹਿਲਾਂ ਸੀਗੇ, ਅਤੇ ਜਿਵੇਂ ਅੱਜ ਭਾਰਤ ਦੇ ਵਿੱਚ ਸੋ ਕਾਲਡ ਫੰਡਾਮੈਂਟਲ ਰਾਈਟਸ ਹੈਗੇ ਆ, ਇਹ ਲੀਗਲੀ ਫਿਜ਼ੀਕਲੀ ਇਨਫੋਰਸ ਹੋਣਗੇ। ਤਾਂ ਤੁਹਾਨੂੰ ਕਿਉਂ ਲੱਗਦਾ ਵੀ ਉਹ ਹਿੰਦੁਸਤਾਨ ਨੂੰ ਛੱਡ ਕੇ ਉਹ ਤੁਹਾਡੇ ਨਾਲ ਜਾਣਗੇ ਜਿਹੜੇ ਨੌਨ ਸਿੱਖ ਆ ਪੰਜਾਬ ਦੇ? ਨਾ, ਉਹਨਾਂ ਨੂੰ ਕੀ ਲੋੜ ਹੈ ਜੀ, ਜੇ ਉਹਨਾਂ ਦੀ ਇੱਥੇ ਸਿਕਿਉਰਿਟੀ ਹੋ ਜੂਗੀ, ਅਤੇ ਹੁਣ ਜਿਹੜੇ ਹਿੰਦੂ ਇੱਥੋਂ ਹਿਜਰਤ ਕਰਕੇ ਗਏ ਹੈ 1984 ਤੋਂ ਬਾਅਦ, ਉਹ ਵਾਪਸ ਆਈ ਜਾਂਦੇ ਹੈਗੇ ਆ, ਉਹਨਾਂ ਦਾ ਭਾਈਚਾਰਾ ਇੱਥੇ ਹੀ ਹੈਗਾ, ਉਹ ਉਹਨਾਂ ਨੇ ਬਾਹਰ ਜਾ ਕੇ ਦੇਖ ਲਿਆ, ਨਾ ਤਾਂ ਹਰਿਆਣੇ ਦੇ ਜਾਟ, ਨਾ UP ਦੇ ਬਣੀਏ, ਉਹਨਾਂ ਨੂੰ ਐਡਜਸਟ ਨਹੀਂ ਕਰਦੇ, ਨਹੀਂ ਕਰਦੇ ਹੈਗੇ। ਉਹਨਾਂ ਦੀ ਲੈਂਡ ਇਹੀ ਹੈ, ਖਾਣ ਪੀਣ ਉਹਨਾਂ ਦਾ ਇਹੀ ਹੈ, ਭਾਈਚਾਰਾ ਉਹਨਾਂ ਦਾ ਇਹੀ ਹੈ, ਅਤੇ ਉਹਨਾਂ ਨੂੰ ਅਸੀਂ ਬਾਹਰ ਕਿਉਂ ਜਾਣ ਦੇਵਾਂਗੇ? ਇਹਦਾ ਮਤਲਬ ਹੈ ਤੁਸੀਂ ਹਾਲੀ ਉੱਥੇ ਹੀ ਖੜ੍ਹੇ ਜੇ ਜਿੱਥੇ 1984 'ਚ ਜਾਂ 89 ਦੇ ਵਿੱਚ ਜੋ ਗੱਲ ਕੀਤੀ ਸੀ ਤੁਸੀਂ? ਬਿਲਕੁਲ ਜੀ, ਉੱਥੇ ਹੀ ਖੜ੍ਹੇ ਹਾਂ, ਮੇਰਾ ਮਤਲਬ ਆਪਣਾ ਸਟੈਂਡ ਚੇਂਜ ਨਹੀਂ ਹੋਇਆ। ਜਿਵੇਂ ਬਾਦਲ ਨੂੰ ਵੀ ਜਦੋਂ ਅਸੀਂ 1992 ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਹੋਈ ਸੀ, ਅੰਮ੍ਰਿਤਸਰ ਡਿਕਲਰੇਸ਼ਨ, ਉਹ ਫਿਰ ਅੱਜ ਕੱਲ੍ਹ ਚਰਚਾ ਦੇ ਵਿੱਚ ਆ। ਉਹ 94 ਹੋਈ ਸੀ, 1992 ਦੇ ਵਿੱਚ ਅਸੀਂ ਜੀ ਪੁਟਰਸ ਘੱਲੀ, ਜਿਹੜੇ ਉਸ ਵੇਲੇ UN ਦੇ ਸੈਕਟਰੀ ਜਨਰਲ ਸੀ ਜੀ, ਇੱਥੇ ਭਾਰਤ ਦੇ ਦੌਰੇ 'ਤੇ ਆਏ ਸੀ। ਫਿਰ ਅਸੀਂ ਬਾਦਲ ਨੇ, ਤਲਵੰਡੀ ਨੇ, ਟੌੜੇ ਨੇ, ਸਾਰੇ ਜਿਹੜੇ ਦਿੱਲੀ ਦੇ ਸਿੱਖ ਹੈ, ਅਸੀਂ ਉਹਨਾਂ ਨੂੰ ਇੱਕ ਮੈਮੋਰੈਂਡਮ ਦਿੱਤਾ ਸੀਗਾ, ਉਹ 1992 ਦੇ ਵਿੱਚ ਹੋਇਆ ਸੀ। 1994 ਦੇ ਵਿੱਚ ਅੰਮ੍ਰਿਤਸਰ ਦਾ ਐਲਾਨਨਾਮਾ ਲਿਖਿਆ ਗਿਆ ਸੀ, ਜਿਹਦੇ ਵਿੱਚ ਅਮਰਿੰਦਰ ਸਿੰਘ, ਮੈਂ, ਸੁਰਜੀਤ ਸਿੰਘ ਬਰਨਾਲਾ, ਤਲਵੰਡੀ, ਫਿਰ ਟੌੜਾ ਸਾਹਿਬ, ਇਹ ਅਸੀਂ ਸਾਰੇ ਸੀਗੇ। ਪਰ ਉਹ ਤਾਂ ਹੁਣ ਸਾਰੇ ਉੱਥੋਂ ਭੱਜ ਗਏ ਆ ਮੇਰੇ ਖਿਆਲ। ਹਾਂ, ਕਿਉਂ ਕਰਕੇ ਫਿਰ ਇਹ ਪ੍ਰੈਸ਼ਰ ਨਹੀਂ ਝੱਲ ਸਕਦੇ ਬਗੈਰ ਕੁਰਸੀ ਤੋਂ, ਅਤੇ ਜਦੋਂ ਇਹਨਾਂ ਨੂੰ ਸੈਂਟਰ ਦਾ ਦਬਕਾ ਵੱਜਦਾ ਅਤੇ ਫਿਰ ਇਹ ਮਿਉਂ ਬਿੱਲੀ ਬਣ ਜਾਂਦੇ ਆ ਵਿਚਾਰੇ। ਅਤੇ ਪਰ ਇਹ ਤਾਂ ਘਰ ਦੇ ਸਾਡੇ ਪਾਲੇ ਹੋਏ ਕਬੂਤਰ ਨੇ, ਹਾਂਜੀ, ਅਤੇ ਜਿਵੇਂ ਅਡਾਰੀ ਮਾਰ ਕੇ ਕਬੂਤਰ ਵਾਪਸ ਆ ਜਾਂਦੇ ਆ, ਇਹ ਵਾਪਸ ਆ ਜਾਣਗੇ। ਨਾਲੇ ਜਿਵੇਂ ਗਾਂਧੀ ਨੂੰ ਬਿਰਲਾ ਪੈਸਾ ਦਿੰਦਾ ਸੀਗਾ, ਹੁਣ ਕਮਾਈ ਕਮੂਈ ਇਹਨਾਂ ਨੇ ਚੌਖੀ ਬੜੀ ਕੀਤੀ ਹੈ, ਇਹੀ ਖਾਲਿਸਤਾਨ ਦੇ ਲਈ ਸਾਰੇ ਫਾਈਨੈਂਸ ਕਰਨਗੇ। ਇਹ ਤਾਂ 1989 ਦੇ ਵਿੱਚ ਮੈਨੂੰ ਯਾਦ ਹੈ ਤੁਹਾਡੀ ਪਾਰਟੀ ਦੀ ਬੜੀ ਸ਼ਾਨਦਾਰ ਲੋਕ ਸਭਾ ਚੋਣਾਂ ਜਿੱਤ ਹੋਈ ਸੀ। ਤੁਹਾਡੀ ਪਾਰਟੀ 6 ਸੀਟਾਂ ਜਿੱਤੀ ਸੀ, 3 ਇੰਡੀਪੈਂਡੈਂਟ ਜਿਹੜੇ ਤੁਹਾਡੇ ਨਾਲ ਸੀ ਉਹ ਵੀ ਜਿੱਤ ਗਏ ਸੀਗੇ। ਸੋ 13 'ਚੋਂ ਵਰਚੁਅਲੀ 8-9 ਸੀਟਾਂ ਤੁਸੀਂ ਉਹਦੇ ਜਿੱਤ ਹਾਸਲ ਕੀਤੀ ਸੀ। ਔਰ ਤੁਸੀਂ ਤਰਨ ਤਾਰਨ ਦੇ ਵਿੱਚ 4,00,000 ਅਤੇ ਮੇਰੇ ਖਿਆਲ 64,000 ਵੋਟਾਂ ਨਾਲ ਉੱਥੋਂ ਬੜੀ ਸ਼ਾਨਦਾਰ ਜਿੱਤ ਸੀਗੀ ਉਹ। ਹਾਂਜੀ ਹਾਂਜੀ। ਪਰ ਉਸ ਤੋਂ ਬਾਅਦ ਕੀ ਹੋਇਆ? ਹੁਣ ਤੁਹਾਡੀ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਐਵੇਂ 5-7,000 ਵੋਟ ਜਾਂ 10,000 ਵੋਟ ਮਿਲਦੀ ਹੈ? ਸੰਧੂ ਸਾਹਿਬ, ਇਹ ਕਦੇ ਉੱਤੇ ਕਦੇ ਹੇਠਾਂ। ਹੁਣ ਜਿਹੜੀ BJP ਰਾਜ ਕਰ ਰਹੀ ਹੈ, 1984 ਦੇ ਵਿੱਚ ਇਹਨਾਂ ਨੂੰ ਤਾਂ 2 ਸੀਟਾਂ ਮਿਲੀਆਂ ਸੀ ਅਤੇ ਵਾਜਪਾਈ ਸਾਹਿਬ ਵੀ ਹਾਰ ਗਏ ਸੀਗੇ। ਇਹ ਕੋਈ ਗੱਲ ਨਹੀਂ, ਜਿਹੜਾ ਸਟੈਂਡ ਹੈ ਉਹ ਅਸੀਂ, ਜਿਹੜੀ ਪਾਰਟੀ ਦੀ ਪੋਲਿਸੀ ਹੈ ਉਹ ਜਿਉਂ ਦੀ ਤਿਉਂ ਹੈ। ਅਤੇ ਜੇ ਅੱਜ ਭਾਰਤ ਦਾ ਜ਼ੋਰ ਟੀਚਰ ਮੱਠ ਜ਼ਿਆਦਾ ਹੈ, ਅਤੇ ਕੱਲ੍ਹ ਨੂੰ ਸਾਡਾ ਅਤੇ
ਖਾਲਿਸਤਾਨੀਆਂ ਦਾ ਜ਼ਿਆਦਾ ਹੋਜੂ, ਫਿਰ ਉਹੀ ਸਿਸਟਮ ਫਿਰ ਕਨਵਰਟ ਹੋ ਜੂਗਾ? ਇੱਥੇ ਤੁਹਾਨੂੰ ਬਿਲਕੁਲ ਸਪੋਰਟ ਨਹੀਂ ਮਿਲਦੀ, ਬਾਹਰ ਜ਼ਰੂਰ ਕੁਝ ਲੋਕ ਇਹਦੇ ਬਾਰੇ, ਖਾਲਿਸਤਾਨ ਬਾਰੇ, ਵੱਖਰੇ ਸਿੱਖ ਰਾਜ ਬਾਰੇ ਤੁਹਾਡੇ ਬਾਰੇ ਗੱਲ ਕਰਦੇ ਆ। ਉਹ ਫਿਰ ਇੰਡੀਪੈਂਡੈਂਟ ਹੈ ਨਾ, ਉਹਨਾਂ ਦੇ ਉੱਤੇ ਕੋਈ ਜਬਰ ਨਹੀਂ ਹੈ, ਉਹਨਾਂ ਦੇ ਉੱਤੇ ਕੋਈ ਇਹ ਕਿਸੇ ਕਿਸਮ ਦੀ ਗਰਜ ਨਹੀਂ ਹੈ, ਉਹ ਉਹਨਾਂ ਨੇ ਕੋਈ ਚੀਜ਼ ਨਹੀਂ ਲੈਣੀ, ਉਹਨਾਂ ਨੇ ਆਪਣੀ ਜ਼ਮੀਰ ਦੇ ਨਾਲ ਚੱਲਣਾ ਹੈਗਾ। ਅਤੇ ਹਰੇਕ ਸਿੱਖ ਦੀ ਜ਼ਮੀਰ ਕਹਿੰਦੀ ਹੈ ਕਿ ਅਸੀਂ ਆਜ਼ਾਦ ਹੋਈਏ, ਅਤੇ ਜਿਹੜੀ ਸਾਡੀ ਹਿਸਟਰੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਕਿ ਇਨ ਗਰੀਬ ਸਿੱਖੋ ਕੋ ਦੋ ਪਾਤਸ਼ਾਹੀ, ਅਤੇ ਗੁਰੂ ਨਾਨਕ ਸਾਹਿਬ ਨੇ ਮਜ਼੍ਹਬੀ ਉੱਥੋਂ ਚਲਾਇਆ ਜਿਨ੍ਹਾਂ ਨੇ ਇੱਕ ਸਾਨੂੰ ਧਰਮ ਦੇਤਾ, ਇੱਕ ਸਾਨੂੰ ਦੂਸਰਾ ਨੇਸ਼ਨ ਦੇਤਾ, ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ, ਇਹ ਮਹਾਰਾਜ ਦਾ ਫਰਮਾਨ ਹੈ। ਅਤੇ ਜਦੋਂ ਤੀਜਾ ਮਜ਼ਹਬ ਅਤੇ ਤੀਜੀ ਕੌਮ ਖੜ੍ਹੀ ਕਰਤੀ, ਅਤੇ ਫਿਰ ਉਹਦਾ ਰਿਜ਼ਲਟ ਤਾਂ ਇਹੀ ਹੋਣਾ ਕਿ ਫਿਰ ਦ ਸਿੱਖ ਸ਼ੁੱਡ ਹੈਵ ਅ ਇੰਡੀਪੈਂਡੈਂਟ ਸੋਵਰਨ ਸਟੇਟ ਆਫ ਦਰ ਓਨ। ਤੁਸੀਂ ਸੋਵਰਨ ਸਟੇਟ ਦੀ ਗੱਲ ਕੀਤੀ ਹੈ, ਮੈਂ ਪਿੱਛੇ ਜੇ ਅਮੈਰੀਕਾ ਗਿਆ ਸੀ, ਉੱਥੇ ਸਿੱਖ ਡੇ ਪਰੇਡ 'ਤੇ ਮੈਂ ਵੇਖਿਆ ਵੀ ਬਹੁਤ ਸਾਰੇ ਬੈਨਰਸ ਲੋਕ ਕੈਰੀ ਕਰ ਰਹੇ ਸੀ, ਰੈਫਰੈਂਡਮ ਬਾਏ 2020। ਉਹਦਾ ਕੀ ਬੈਕਗਰਾਊਂਡ ਆ? ਸੰਧੂ ਸਾਹਿਬ, ਇਹ ਚੀਜ਼ਾਂ ਚੱਲੀ ਜਾ ਰਹੀਆਂ, ਪਰ ਜਿਹੜੇ 2020 ਦੇ ਵਿੱਚ ਰੈਫਰੈਂਡਮ ਕਰਨਾ ਚਾਹੁੰਦੇ ਹੈ, ਉਹ ਮੈਨੂੰ ਦੱਸਣ ਕਿ ਰੈਫਰੈਂਡਮ ਤਾਂ ਇੱਕ ਕੰਟਰੀ ਆਪਣੀ ਕੰਟਰੀ 'ਚ ਕਰਵਾਉਂਦੀ ਹੈ, ਜਿਵੇਂ ਬਰਤਾਨੀਆ ਦੀ ਸਰਕਾਰ ਨੇ ਪਿਛਲੇ ਸਾਲ ਸਕੋਟਲੈਂਡ ਦੇ ਵਿੱਚ ਕਰਵਾਇਆ ਸੀਗਾ, ਕਿ ਜਿਹੜੇ ਰੈਫਰੈਂਡਮ ਦੇ ਬੈਨਰਸ ਲੱਗੇ ਹੈ, ਇਹ ਜਸਟਿਸ ਪਾਰਟੀ ਜਿਹੜੀ ਹੈਗੀ ਹੈ, ਸਿੱਖਸ ਫੋਰ ਜਸਟਿਸ, ਉਹ ਇੰਡੀਆ ਦੇ ਨਾਲ ਮਿਲ ਕੇ ਰੈਫਰੈਂਡਮ ਕਰਾ ਸਕਦੇ ਹੈ, ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨਾ। ਦੂਸਰੀ ਜਿਹੜੀ ਸਿੱਖਸ ਫੋਰ ਜਸਟਿਸ ਦੀ ਜਿਹੜੀ ਡਿਮਾਂਡ ਕਰ ਰਹੀ ਹੈ ਰੈਫਰੈਂਡਮ 2020 ਤੱਕ, ਉਹਦੇ ਹੱਕ ਦੇ ਵਿੱਚ ਨਹੀਂ ਜੇ? ਮੈਂ ਹੱਕ 'ਚ ਹੈ ਜੀ, ਪਰ ਹੋ ਹੀ ਨਹੀਂ ਨਾ ਸਕਦਾ ਲੀਗਲੀ ਐਂਡ ਕੋਨਸਟੀਟਿਊਸ਼ਨਲੀ। ਜਾਂ ਤਾਂ ਰੈਫਰੈਂਡਮ ਹੋ ਸਕਦਾ ਉਸੇ ਕੰਟਰੀ ਆਪਣੇ ਇਲਾਕੇ 'ਚ ਰੈਫਰੈਂਡਮ ਕਰਾ ਦੇ ਜੀ, ਜਾਂ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕਾਉਂਸਲ ਪਲੈਬਸਾਈਟ ਕਰਾ ਦੇ, ਜਿਵੇਂ 1948 ਦੇ ਵਿੱਚ ਕਸ਼ਮੀਰ ਦਾ ਰੈਜ਼ੋਲਿਊਸ਼ਨ ਪਾਸ ਹੋਈ ਹੈ, ਅਤੇ ਪ੍ਰਾਈਵੇਟ ਮੈਂਬਰ ਕੋਈ UN ਦੇ ਵਿੱਚ ਜਸਟਿਸ ਪਾਰਟੀ ਤਾਂ ਜਾ ਹੀ ਨਹੀਂ ਸਕਦੀ, ਇਹ ਤਾਂ ਕਿਸੇ ਆਜ਼ਾਦ ਮੁਲਕ ਨੂੰ ਕੋਈ ਉੱਥੇ ਸਟੈਂਡ ਲੈਣਾ ਪਊਗਾ, ਰੈਜ਼ੋਲਿਊਸ਼ਨ ਪਾਸ ਕਰਾਉਣੀ ਪਊਗੀ, ਤਾਂ ਜਾ ਕੇ UN ਸਾਡੇ ਮਸਲੇ ਦੇ ਵਿੱਚ ਐਂਟਰ ਹੋਊਗੀ। ਅਤੇ ਇਹ ਤਾਂ ਜਸਟਿਸ ਪਾਰਟੀ ਜਿਹੜੇ ਸਿੱਖਸ ਫੋਰ ਜਸਟਿਸ ਹੈ, ਉਹ ਬੜੇ ਚੰਗੇ ਕਾਨੂੰਨਦਾਨ ਹੈ, ਉਹ ਸਾਨੂੰ ਦੱਸਣ ਕਿ ਲੀਗਲੀ ਐਂਡ ਰੀਅਲੀ ਹਾਊ ਇਜ਼ ਇਟ ਪੋਸੀਬਲ ਜੀ। ਮਾਨ ਸਾਹਿਬ, 1989 99 ਦੀਆਂ ਜਿਹੜੀਆਂ ਚੋਣਾਂ ਸੀ, ਉਸ ਤੋਂ ਬਾਅਦ ਜਦੋਂ ਤੁਸੀਂ MP ਇਲੈਕਟ ਹੋ ਕੇ ਆਏ, ਤੁਸੀਂ ਪਾਰਲੀਮੈਂਟ ਨਹੀਂ ਸੀ ਐਂਟਰ ਕੀਤਾ, ਕਿਉਂਕਿ ਤੁਸੀਂ ਤੁਹਾਨੂੰ ਰਵਾਇਤੀ ਜਿਹੜੀ ਕਿਰਪਾਨ ਹੈ, 3 ਫੁੱਟੀ ਕਿਰਪਾਨ ਹੈ, ਉਹ ਤੁਹਾਨੂੰ ਅੰਦਰ ਲਿਜਾਣ ਨਹੀਂ ਸੀ ਦਿੱਤੀ। ਤੁਹਾਨੂੰ ਲੱਗਦਾ ਵਾ, ਅੱਜ ਲੱਗਦਾ ਵਾ ਵੀ ਉਹ ਤੁਹਾਡੀ ਗਲਤੀ ਸੀ? ਸੰਧੂ ਸਾਹਿਬ, ਮੇਰੀ ਗਲਤੀ ਨਹੀਂ ਸੀਗੀ, ਉਸ ਵੇਲੇ ਡਿਮਾਂਡ ਖਾਲਿਸਤਾਨ ਦੀ ਸੀ, ਅਤੇ ਜਿਹੜੀ ਪਾਰਟੀ ਸਭ ਤੋਂ ਤਕੜੀ ਸੀ ਉਹ ਬੰਦੂਕ ਦੀ ਨੋਕ ਦੇ ਨਾਲ ਲੋਕਾਂ ਨੂੰ ਚਲਾ ਰਹੀ ਸੀਗੀ, ਅਤੇ ਜੇ ਮੇਰੇ ਵਰਗਾ ਪੀਸਫੁੱਲ ਆਦਮੀ ਮੈਂਬਰ ਪਾਰਲੀਮੈਂਟ ਹੋ ਕੇ ਇਸ ਚੀਜ਼ ਨੂੰ ਨੈਗਲੈਕਟ ਕਰ ਦਿੰਦਾ, ਤਾਂ ਅਖਲਾਕੀ ਤੌਰ 'ਤੇ ਤਾਂ ਮੇਰੀ ਮੌਤ ਹੋ ਜਾਣੀ ਸੀਗੀ, ਕਿ ਜੇ ਮੈਂ ਜਿਹੜਾ ਕੋਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇੱਕੋ ਇੱਕ ਹੱਕ ਹੈ ਕਿ ਸਿੱਖਸ ਕੈਨ ਵੇਅਰ ਦਾ ਕਿਰਪਾਨ ਜੀ ਐਂਡ ਕੈਰੀ ਦਾ ਕਿਰਪਾਨ, ਅਤੇ ਇਹ ਇੰਡੀਆ ਨੂੰ ਕੀ ਹੱਕ ਸੀਗਾ ਕਿ ਇਹ ਕੋਨਸਟੀਟਿਊਸ਼ਨਲ ਹੱਕ ਨੂੰ ਸਾਡਾ ਇਹਨਾਂ ਨੇ ਮਾਰ ਦਿੱਤਾ? ਪਰ ਫਿਰ ਤੁਸੀਂ 1999 ਦੇ ਵਿੱਚ ਬਿਨਾਂ ਕਿਰਪਾਨ ਦੇ ਤੁਸੀਂ ਪਾਰਲੀਮੈਂਟ ਕਿਵੇਂ ਚਲੇ? ਹਾਂ, ਫਿਰ ਮੈਨੂੰ ਮੈਂਡੇਟ ਉਹੀ ਸੀਗੀ ਕਿ ਇਹ ਤੁਸੀਂ ਉੱਥੇ ਜਾ ਕੇ ਸਿੱਖ ਕੌਮ ਦੀ ਗੱਲ ਕਰੋ, ਸਾਰੇ ਮੁੱਦੇ ਉਠਾਓ, ਅਤੇ ਮੈਂ ਉਠਾਤੇ। ਪਰ ਉਸ ਵੇਲੇ 89 ਦੇ ਵਿੱਚ ਇਹ ਪੋਸੀਬਲ ਨਹੀਂ ਸੀਗਾ ਕਿ ਇੱਕ ਪਾਸੇ ਤਾਂ ਸਿੱਖ ਆਪਣੀਆਂ ਜਾਨਾਂ ਵਾਰ ਰਹੇ ਹੈ, ਦੂਜੇ ਪਾਸੇ ਜਿਹੜੇ ਮੇਰੇ ਨਾਲ ਦੇ ਮੈਂਬਰ ਸੀਗੇ ਉਹ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਸੀਗੇ। ਇੱਕ ਆਪਣਾ ਸੰਗਰੂਰ ਦਾ ਮੈਂਬਰ ਸੀਗਾ ਰਾਜਦੇਵ ਸਿੰਘ, ਉਹ ਬਾਬਾ ਜੋਗਿੰਦਰ ਸਿੰਘ ਦੀ ਪਾਰਟੀ ਤੋਂ ਖੜ੍ਹਾ ਹੋਇਆ ਸੀਗਾ। ਫਿਰ ਬੀਬੀ ਬਿਮਲ ਕੌਰ ਜੀ, ਉਹ ਵੀ ਬਾਬਾ ਜੀ ਨੇ ਖੜ੍ਹੀ ਕੀਤੀ ਸੀ। ਬੀਬੀ ਲੁਧਿਆਣੇ ਤੋਂ ਜਿਹੜੀ ਸੀ ਉਹ ਵੀ ਬਾਬਾ ਜੋਗਿੰਦਰ ਸਿੰਘ ਨੇ ਖੜ੍ਹੀ ਕੀਤੀ ਸੀਗੀ। ਰਜਿੰਦਰ ਕੌਰ ਬੁਲਾਰਾ ਜੀ, ਇਹ ਅਤਿੰਦਰਪਾਲ ਵੀ ਪਟਿਆਲੇ ਤੋਂ ਉਹਨਾਂ ਨੇ ਖੜ੍ਹਾ ਕੀਤਾ ਸੀ। ਮੇਰੇ ਨਾਲ ਤਾਂ ਦੋ ਮੈਂਬਰ ਸੀਗੇ,
ਅਤੇ ਅਸੀਂ ਤਾਂ ਅੱਜ ਉੱਥੇ ਖੜ੍ਹੇ ਹਾਂ ਮੰਡ ਅਤੇ ਮੈਂ, ਜਿਹੜਾ ਸਾਡਾ ਪ੍ਰਣ ਸੀਗਾ ਕਿ ਅਸੀਂ ਖਾਲਿਸਤਾਨ ਦੇ ਮੁੱਦੇ 'ਤੇ ਖੜ੍ਹਨਾ, ਇਹ ਬਾਕੀ ਦੇ ਬਾਬਾ ਜੀ ਨੇ ਖੜ੍ਹੇ ਕੀਤੇ ਸੀਗੇ, ਉਹਨਾਂ ਨਾਲ ਉਹਨਾਂ ਦੀ ਵਫਾਦਾਰੀ ਸੀ। ਅਤੇ ਇਹ ਜਿਵੇਂ ਰਵਾਇਤੀ ਅੱਜ ਅਕਾਲੀ ਲੀਡਰ ਕਰਦੇ ਹੈ, ਇਹਨਾਂ ਦੀ ਰੂਹ ਉਹੋ ਜਿਹੀ ਸੀ ਕਿ ਇਹ ਉਹੋ ਜਿਹੇ ਕਾਬਲ ਨਹੀਂ ਸੀ। ਦੋ ਤਾਂ ਵਿਧਵਾ ਸੀਗੀਆਂ ਜੀ, ਬੀਬੀ ਬਿਮਲ ਕੌਰ ਅਤੇ ਬੀਬੀ ਬਲਾਰਾ, ਇਹਨਾਂ ਤੋਂ ਤਾਂ ਕੋਈ ਚੀਜ਼ ਦਾ ਪਤਾ ਹੀ ਨਹੀਂ ਸੀਗਾ। ਰਾਜਦੇਵ ਸਿੰਘ ਦਾ ਤੁਸੀਂ ਦੇਖਿਆ ਜੀ, ਹੁਣ ਆਰ ਐੱਸ ਐੱਸ ਦੇ ਵਿੱਚ ਸ਼ਾਮਿਲ ਹੋ ਗਏ ਹੈ। ਅਤਿੰਦਰਪਾਲ ਦਾ ਤੁਸੀਂ ਪੜ੍ਹਿਆ ਹੀ ਹੈ, ਉਹ ਜਿਹੜਾ ਧਾਰ ਨੇ ਕਿਤਾਬ ਆਈ ਬੀ ਦੇ ਬੰਦੇ ਨੇ ਲਿਖੀ ਸੀ, ਇਹ ਤਾਂ ਜਸਬੀਰ ਸਿੰਘ ਅਤੇ ਅਤਿੰਦਰਪਾਲ ਸਿੰਘ ਤਾਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਿਲੇ ਪਿਲੇ ਸੀਗੇ, ਅਤੇ ਅਤਿੰਦਰਪਾਲ ਨੇ ਬਹੁਤ ਫਾਇਦੇ ਲਏ, ਪਟਿਆਲੇ ਦੇ ਵਿੱਚ ਪੈਟਰੋਲ ਪੰਪ ਲੈ ਲਿਆ। ਇਸੇ ਤਰ੍ਹਾਂ ਜਸਬੀਰ ਸਿੰਘ ਰੋਡੇ ਨੇ ਵੀ ਬਹੁਤ ਕੁਛ ਲਿਆ ਗਵਰਨਮੈਂਟ ਆਫ ਇੰਡੀਆ ਤੋਂ, ਅੱਜ ਵੀ ਲੈ ਰਹੇ ਹੈ। ਸੋ ਮੇਰਾ ਮਤਲਬ ਹੈ ਕਿ ਜਿਹੜੀ ਸਾਡੀ ਪਾਰਟੀਸਪੇਸ਼ਨ ਇਨ ਪਾਰਲੀਮੈਂਟ ਸੀਗੀ, ਇਹ ਦੋ ਕਿਸਮ ਦੀ ਸੀ। ਇੱਕ ਤਾਂ ਰਵਾਇਤੀ ਸੀਗੇ ਜਿਹੜੇ ਪਲਟ ਜਾਂਦੇ ਸੀ ਆਪਣੀ ਵਫਾਦਾਰੀ ਨੂੰ ਇੰਡੀਆ ਦੇ ਹੱਕ ਦੇ ਵਿੱਚ, ਇੱਕ ਅਸੀਂ ਦੋ ਰਹਿ ਗਏ ਜਿਨ੍ਹਾਂ ਦੀ ਮਾਨ ਸਾਹਿਬ ਇੱਕ ਫੀਲਿੰਗ ਆ ਕਿ ਇਹ ਜਿਹੜਾ ਤੁਹਾਡਾ ਡਿਸੀਜਨ ਸੀ ਵੀ ਕਿਰਪਾਨ ਤੋਂ ਬਿਨਾਂ ਪਾਰਲੀਮੈਂਟ ਐਂਟਰ ਨਹੀਂ ਕਰਨਾ ਤੁਸੀਂ, ਉਹਦੇ ਕਰਕੇ ਜੋ ਉਦੋਂ ਤੱਕ ਮੂਵਮੈਂਟ ਬਣੀ ਸੀ ਉਹਨੂੰ ਇੱਕ ਤਰੀਕੇ ਦਾ ਢਾਲ ਲੱਗ ਗਿਆ, ਕਿਉਂਕਿ ਉਸ ਤੋਂ ਬਾਅਦ ਤੁਸੀਂ ਵੇਖਿਆ ਵਾ ਉਸ ਤੋਂ ਬਾਅਦ ਦੁਬਾਰਾ ਕਾਂਗਰਸ ਫਿਰ ਅਕਾਲੀ ਦਲ ਉਹ ਸਰਕਾਰਾਂ ਦੁਬਾਰਾ ਆਉਣ ਲੱਗ ਪਈਆਂ ਔਰ ਤੁਹਾਡੀ ਪਾਰਟੀ ਕਿਤੇ ਵੀ ਨਹੀਂ ਰਹਿ ਗਈ। ਸੰਧੂ ਸਾਹਿਬ ਉਹਦੇ ਨਾਲ ਢਾਲ ਨਹੀਂ ਲੱਗਿਆ, ਜਿਹੜਾ ਸਾਥੋਂ ਬਾਈਕਾਟ ਕਰਾਇਆ ਗਿਆ ਨਾ ਜੀ, ਪੰਥਕ ਕਮੇਟੀ ਨੇ ਬਾਈਕਾਟ ਕਰਾਤੇ ਇਲੈਕਸ਼ਨਸ, ਬਾਦਲ ਬਾਈਕਾਟ ਦੇ ਹੱਕ ਦੇ ਵਿੱਚ ਸੀਗੇ, ਜਿਹੜੇ ਕਿਸਾਨ ਯੂਨੀਅਨ ਦੇ ਸੀਗੇ ਇਹ ਵੀ ਬਾਈਕਾਟ ਦੇ ਹੱਕ ਦੇ ਵਿੱਚ ਸੀਗੇ। ਅਤੇ ਜਦੋਂ ਬਾਈਕਾਟ ਹੋ ਗਿਆ, ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣ ਗਈ, ਤੁਸੀਂ ਦੇਖਦੇ ਹੋ ਕਿ ਇਹ ਸਾਰੇ ਪਲਟ ਕੇ ਜਿਨ੍ਹਾਂ ਨੇ ਬਾਈਕਾਟ ਕਰਾਇਆ ਸੀਗਾ, ਬਿੱਟੂ ਨੇ ਵੀ ਜੀ ਅਤੇ ਪੰਥਕ ਕਮੇਟੀ ਦੇ ਨੇ, ਇਹ ਬੇਅੰਤ ਸਿੰਘ ਦੇ ਨਾਲ ਚੱਲਣ ਲੱਗ ਪਏ। ਅਤੇ ਬਾਦਲ ਸਾਹਿਬ ਤਾਂ ਉਹਦੇ ਭੋਗ 'ਤੇ ਵੀ ਬੇਅੰਤ ਸਿੰਘ ਦੇ ਜਾ ਕੇ ਆਏ। ਇਹ ਸਾਰਾ ਇੰਡੀਆ ਪੱਖੀ ਲੋਕ ਸੀਗੇ, ਮੇਰੇ ਨਾਲ ਸਿਰਫ ਥੋੜ੍ਹੇ ਸੀਗੇ ਜਿਹੜੇ ਖਾਲਿਸਤਾਨੀ ਸੀਗੇ, ਉਹ ਅੱਜ ਅਸੀਂ ਵੀ ਅਜੇ ਤੱਕ ਅਸੀਂ ਹੈਗੇ ਹਾਂ। ਜੇ ਤੁਸੀਂ ਪਿਛਲੇ 30-31 ਸਾਲ ਦੇ ਇਤਿਹਾਸ 'ਤੇ ਨਿਗਾਹ ਮਾਰਦੇ ਜੇ, ਤੁਹਾਨੂੰ ਕੀ ਲੱਗਦਾ ਵਾ ਵੀ ਕੀ ਤੁਸੀਂ ਸਬਕ ਸਿੱਖਿਆ ਵਾ, ਹੈਵ ਯੂ ਲਰਨਡ ਐਨੀ ਲੈਸਨਸ ਪਿਛਲੇ 30 ਸਾਲਾਂ ਤੋਂ? ਦੇਖੋ ਸੰਧੂ ਸਾਹਿਬ, ਇਹ ਜਿਹੜਾ ਅਖਲਾਕੀ ਤੌਰ 'ਤੇ ਸਾਡੀ ਪਾਰਟੀ ਦਾ ਇਮੇਜ ਹੈ, ਜਿਵੇਂ ਤੁਸੀਂ ਕਹਿੰਦੇ ਹੋ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੀ ਪਾਰਟੀ ਸਾਰਿਆਂ ਨਾਲ ਉੱਤੇ ਹੈ, ਫਿਰ ਪੋਲੀਟਿਕਸ ਦੇ ਵਿੱਚ ਲੌਂਗ ਰਨ ਦੇ ਵਿੱਚ ਜਿੰਨਾ ਚਿਰ ਤੁਹਾਡਾ ਮੋਰਲ ਸਟੈਂਡ ਨਾ ਹੋਵੇ, ਮੋਰਲ ਇਮੇਜ ਨਾ ਹੋਵੇ, ਸਿਆਸੀ ਇਮੇਜ ਜਿਵੇਂ ਹੁਣ ਬਾਦਲਾਂ ਦਾ, 9 ਸੈਕਟਰ ਤੁਹਾਨੂੰ ਫੋਟੋ ਖਿੱਚਣੀ ਚਾਹੀਦੀ ਹੈ ਕਿ 2 ਕੋਠੀਆਂ ਬਹੁਤ ਭਾਰੀਆਂ ਬਣਾ ਰਹੇ ਹੈ, ਇਹਨਾਂ ਨੇ ਲੁੱਟ ਮਾਰ ਕੇ ਖਾਤਾ। 3 ਦਿਨ ਹੋਏ ਰੋਪੜ ਦੇ ਇੱਕ ਗਰੀਬ ਸਿੱਖ ਨੂੰ ਆਪਣੀ ਬੱਸ ਦੇ ਥੱਲੇ ਦੇ ਤਾ, ਅਤੇ ਹੁਣ ਇਹਨਾਂ ਦਾ DGP ਲੱਗਿਆ ਪਿਆ ਕਿ ਕਿਸੇ ਤਰ੍ਹਾਂ ਉਹ ਮੈਂ ਐਵੀਡੈਂਸ ਨੂੰ ਖਤਮ ਕਰਾਂ ਅਤੇ ਬਾਦਲ ਦਾ ਚਮੜਾ ਮੈਂ ਬਚਾ ਦੇਵਾਂ। ਸੋ ਮੇਰਾ ਜਿੰਨੇ ਵੀ ਇਹਨਾਂ ਨੇ ਇਹ ਇਲੀਗਲ ਕੰਮ ਕੀਤੇ ਆ, ਡਰੱਗਸ ਦੇ ਕੀਤੇ ਆ, ਹੈਰੋਇਨ ਦੇ ਕੀਤੇ ਆ, ਫੀਮ ਦੇ ਕੀਤੇ ਆ, ਦੇ ਹੈਵ ਇੰਡਲਜਡ ਦੈਮਸੈਲਵਸ ਇਨ ਸੱਚ ਗ੍ਰੇਟ। ਚਲੋ ਇਹ ਤਾਂ ਮਾਨ ਸਾਹਿਬ ਉਹਨਾਂ ਦੀ ਗੱਲ ਹੋ ਗਈ, ਤੁਹਾਡੀ ਆਪਣੀ ਜਿਹੜੀ ਤੁਸੀਂ ਸਿਆਸਤ ਕੀਤੀ ਆ, ਤੁਹਾਨੂੰ ਲੱਗਦਾ ਵੀ ਜੇ ਇਹ ਦੁਬਾਰਾ ਤੁਸੀਂ ਪਿਛਲੇ 30-35 ਸਾਲਾਂ ਦੀ ਸਿਆਸਤ ਦੁਬਾਰਾ ਕਰਨੀ ਹੋਵੇ ਤਾਂ ਇਸੇ ਤਰ੍ਹਾਂ ਹੀ ਕਰੋਗੇ ਜਿਵੇਂ ਤੁਸੀਂ ਕੀਤੀ ਆ ਕਿ ਵੱਖਰੇ ਤਰੀਕੇ ਨਾਲ ਕਰੋ? ਉਹ ਤਾਂ ਸੰਧੂ ਸਾਹਿਬ ਇਹ ਮੌਕਾ ਦੱਸੂਗਾ, ਪਰ ਆਪਾਂ ਖਾਲਿਸਤਾਨ ਦਾ ਇਸ਼ੂ ਥੋੜ੍ਹੀ ਛੱਡਾਂਗੇ। ਜਿਹੜਾ ਕੋਰ ਇਸ਼ੂ ਹੈ, ਜੇ ਹਿੰਦੂ ਅਤੇ ਮੁਸਲਮਾਨ ਨੇ ਨਹੀਂ ਛੱਡਿਆ, ਆਪਾਂ ਮੁੱਛ ਨੂੰ ਵੱਟ ਦੇ ਕੇ ਕਹਿੰਦੇ ਹਾਂ ਕਿ ਅਸੀਂ ਉਹਨਾਂ ਨਾਲ ਚੰਗੇ ਅਤੇ ਬਹਾਦਰ ਹੈ, ਅਤੇ ਫਿਰ ਸਵਾ ਬਹਾਦਰ ਹੈ ਕਿ ਜੇ ਆਪਾਂ ਦਸਖਤ ਕਰਕੇ ਐਲਾਨਨਾਮੇ ਦੇ ਉੱਤੇ ਪੁੱਟਰਸ ਗਲੀ ਦੇ ਚਾਰਟਰ ਦੇ ਉੱਤੇ ਮੁੱਕਰ ਜੀਏ, ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਹੁੰ ਚੱਕ ਕੇ ਮੁੱਕਰ ਜੀਏ, ਫਿਰ ਤਾਂ ਮੇਰਾ ਖਿਆਲ ਇਹ ਬੜੇ ਪੂਅਰ ਕੈਰੈਕਟਰ ਹੈ ਸਿੱਖਾਂ ਦਾ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ 1994 ਦੇ ਵਿੱਚ ਖੜ੍ਹਾ ਰਿਹਾ ਹੈ, ਉਹਦੀ ਛਾਤੀ ਦੇ ਵਿੱਚ 1984 'ਚ 72 ਗੋਲੀਆਂ ਲੱਗੀਆਂ, ਅਤੇ ਜਨਰਲ ਨਾਜ਼ੀ 1971 ਦੇ ਵਿੱਚ 90,000 ਫੌਜ ਦੇ ਜੀ ਹੁੰਦਿਆਂ ਇਹ ਹੱਥ ਖੜ੍ਹੇ ਕਰ ਗਿਆ, ਹੈ ਨਾ। ਅੱਜ ਜਨਰਲ ਨਾਜ਼ੀ ਦਾ ਗੱਲ ਹੁੰਦੀ ਹੈ, ਇੱਕ ਭਿੰਡਰਾਂਵਾਲਿਆਂ ਦੀ ਗੱਲ ਹੁੰਦੀ ਹੈ। ਇੱਕ ਪਾਕਿਸਤਾਨ ਪੋਇਟ ਕਹਿੰਦਾ ਹੈ ਕਿ ਜੇ ਸਾਡਾ ਜਨਰਲ ਨਾਜ਼ੀ ਆਪਣੀ ਚੀਚੀ ਦੇ ਉੱਤੇ ਵੀ ਥੋੜ੍ਹੀ ਜਿਹੀ ਚੀਰ ਲਵਾ ਲੈਂਦਾ ਤਾਂ ਅਸੀਂ ਬੱਲੇ ਬੱਲੇ ਕਰਦੇ,
ਅਤੇ ਕਹਿੰਦਾ ਜਰਨੈਲਾਂ ਦਾ ਜਰਨੈਲ ਉਹੀ ਹੈ ਜਰਨੈਲ ਸਿੰਘ ਭਿੰਡਰਾਂ ਵਾਲਾ ਜਿਹੜਾ 32 ਸੀਨੇ ਦੇ ਵਿੱਚ ਖਾ ਕੇ ਗੋਲੀਆਂ ਖੜ੍ਹਾ ਰਿਹਾ ਹੈ ਅਤੇ ਕਿਸੇ ਨੇ ਹੱਥ ਨਹੀਂ ਉੱਤੇ ਕੀਤੇ ਜੀ। ਮੇਰੇ ਮਤਲਬ ਇਹ ਕੌਮਾਂ ਦਾ ਫਰਕ ਹੁੰਦਾ। ਹੁਣ ਇਹ ਆਪਾਂ ਸਿੱਖ ਕੌਮ ਦੇ ਹੈ ਅਤੇ ਐਡੀ ਛੇਤੀ ਇਹ ਖਾਲਿਸਤਾਨ ਤੋਂ ਭੱਜ ਜਾਈਏ। ਜੇ ਗਾਂਧੀ ਅਤੇ ਨਹਿਰੂ ਟਿਕੇ ਰਹੇ ਹੈ, ਉੱਧਰੋਂ ਜਿਨ੍ਹਾਂ ਟਿਕਿਆ ਰਿਹਾ ਹੈ, ਅਤੇ ਅਕਸਰ ਜੇ ਗੁਰੂ ਸਾਹਿਬ ਨੇ ਤੀਜੀ ਕੌਮ ਬਣਾਤੀ, ਨਾ ਸੀ ਨਾ ਹੁੰਦੀ ਨਾ ਮੁਸਲਮਾਨ, ਅਤੇ ਆਪਾਂ ਨੂੰ ਖੜ੍ਹਨਾ ਤਾਂ ਚਾਹੀਦਾ ਨਾ ਜੀ। ਇਤਿਹਾਸ ਇਹ ਤਾਂ ਨਾ ਕਹੇ ਕਿ ਇਹ ਮੁਸਲਮਾਨਾਂ ਅਤੇ ਹਿੰਦੂਆਂ ਤੋਂ ਮਾੜੇ ਹੈ ਜੀ। ਇੱਥੇ ਅਸੀਂ ਰੁਕ ਰਹੇ ਹਾਂ ਇੱਕ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅਸੀਂ ਸਿੱਖ ਰਾਜ ਦੀ ਗੱਲ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਹੁਣਾਂ ਨਾਲ। ਮਾਨ ਸਾਹਿਬ, ਇਸ ਵੇਲੇ ਤੁਹਾਡੀ ਪਾਰਟੀ ਹੁਣ ਕਿੱਥੇ ਖੜ੍ਹੀ ਹੈ? ਇਸ ਵੇਲੇ ਹੁਣ ਕੀ ਪੋਜੀਸ਼ਨ ਹੈ? ਸਾਡੀ ਪਾਰਟੀ ਬੜੀ ਸੋਹਣੀ ਖੜ੍ਹੀ ਹੈ ਜੀ। ਕਸ਼ਮੀਰ 'ਚ ਅਸੀਂ ਜਾਂਦੇ ਹਾਂ, ਹਰਿਆਣੇ 'ਚ ਜਿੱਥੇ ਰੰਗਰੇਟੇ ਸਿੱਖਾਂ ਨੂੰ ਮਾਰਿਆ ਜਾ ਰਿਹਾ, ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ, ਇੱਥੇ ਵੀ ਜਿੱਥੇ ਇਹ ਜਬਰ ਹੁੰਦਾ ਸਾਡੀ ਪਾਰਟੀ ਮੂਹਰੇ ਲੱਗਦੀ ਹੈ। ਤੁਹਾਡਾ ਬੇਟਾ ਇਹ ਮਾਨ ਸਿੰਘ ਵੀ ਹੁਣ ਅੱਗੇ ਆਇਆ ਪਾਰਟੀ ਦੇ ਵਿੱਚ, ਕੀ ਉਹ ਤੁਹਾਡੀ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਸਹਿਮਤ ਨੇ? ਉਹਦੇ ਨਾਲ ਇੰਟਰਵਿਊ ਕਰ ਲਓ, ਜੇ ਵੱਖਰਾ ਹੋਇਆ ਤਾਂ ਫਿਰ ਤੁਹਾਨੂੰ ਪਤਾ ਹੀ ਲੱਗ ਜੂਗਾ। ਤੁਹਾਨੂੰ ਕਾਫੀ ਇੱਕ ਇੱਕ ਕਰਕੇ ਜਿਹੜੇ ਤੁਹਾਡੇ ਸਾਥੀ ਆ ਉਹ ਛੱਡ ਗਏ ਆ, ਜਿਹੜੇ ਕਿਸੇ ਤਰੀਕੇ ਨਾਲ ਉਦੋਂ ਦੀ ਵਿਚਾਰਧਾਰਾ ਨਾਲ ਜੁੜੇ ਸੀਗੇ, ਜਿਵੇਂ ਰਾਜਦੇਵ ਸਿੰਘ ਦੀ ਤੁਸੀਂ ਆਪੇ ਹੀ ਗੱਲ ਕੀਤੀ ਆ, ਔਰ ਉਹ ਤਾਂ ਪੂਰੀ ਪਲਟੀ ਮਾਰ ਗਏ ਹੋ, ਅਤੇ ਇੱਧਰ ਅਕਾਲੀ ਦਲ ਅੰਮ੍ਰਿਤਸਰ ਨਾਲੋਂ ਉਹ ਦੂਜੇ ਪਾਸੇ ਰਾਸ਼ਟਰੀ ਸਿੱਖ ਸੰਗਤ RSS ਦੇ ਨਾਲ ਚਲੇ ਗਏ। ਇਹਦੇ ਬਾਰੇ ਤੁਸੀਂ ਕੀ ਕਹਿਣਾ? ਮੈਂ ਤਾਂ ਇਹੀ ਕਹਿੰਦਾ ਕਿ ਇਹ ਜੇ ਹਿੰਦੂ ਲੀਡਰ ਟਿਕੇ ਰਹੇ ਆ, ਮੁਸਲਮਾਨ ਟਿਕੇ ਰਹੇ ਆ, ਅਤੇ ਇਹ ਬੰਦੇ ਕਿਉਂ ਬਦਲ ਗਏ ਆ? ਬਾਦਲ ਵੀ ਬਦਲ ਗਿਆ, ਅਮਰਿੰਦਰ ਸਿੰਘ ਵੀ ਬਦਲ ਗਿਆ, ਅਕਸਰ ਇਹਨਾਂ ਨੇ ਦਸਖਤ ਕੀਤੇ ਹੈ, ਇਹ ਇਤਿਹਾਸ ਨੂੰ ਕੀ ਦੱਸਣਗੇ? ਹੁਣ ਤਾਂ ਬੱਲੇ ਬੱਲੇ ਹੋ ਰਹੀ ਹੈ, ਪਰ ਮੇਰਾ ਮਤਲਬ ਹੈ ਕਿ ਇਹ ਅਖਲਾਕੀ ਤੌਰ ਦੇ ਉੱਤੇ ਖੜ੍ਹੇ ਹੋ ਸਕਦੇ ਆ ਕਿਤੇ? ਸਾਰਿਆਂ ਦੇ ਕੋਲ ਸੰਧੂ ਸਾਹਿਬ ਸਟੇਟ ਸਿਕਿਉਰਿਟੀ ਹੈ, ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ, ਗਨਮੈਨ ਉੱਤੇ ਛੱਤ 'ਤੇ ਪਏ ਹੁੰਦੇ ਹੈ, ਤਾਂ ਮੇਰਾ ਮਤਲਬ ਇਹਨਾਂ ਦਾ ਜੀਵਨ ਕੀ ਹੈ ਜੇ ਸਾਨੂੰ ਛੱਡ ਕੇ ਚਲੇ ਗਏ ਹੈ? ਅਸੀਂ ਤਾਂ ਐਂ ਸੜਕਾਂ 'ਤੇ ਚੱਲਦੇ ਹਾਂ ਬਗੈਰ ਕੋਈ ਸਿਕਿਉਰਿਟੀ ਤੋਂ, ਕੁਛ ਨਹੀਂ ਹੈ, ਪੀਸ ਆਫ ਮਾਈਂਡ ਹੈ, ਅਤੇ ਅਜੇ ਵੀ ਉਹੀ ਗੱਲ ਕਰਦੇ ਹਾਂ ਆਪਣੀ ਸਿੱਖ ਸਟੇਟ ਦੀ, ਜਿਹੜਾ ਸਾਡਾ ਫਰਜ਼ ਹੈ, ਜੋ ਸਾਡਾ ਇਤਿਹਾਸ ਹੈ, ਜੋ ਸਾਡਾ ਕਾਨੂੰਨ ਹੈ। ਅਸੀਂ ਸਫ਼ਰ ਕਰਕੇ ਸੁਪਰੀਮ ਕੋਰਟ ਤੋਂ ਇਹ ਵੀ ਹੁਕਮ ਜਾਰੀ ਕਰਾਤਾ ਕਿ ਖਾਲਿਸਤਾਨ ਦੀ ਗੱਲ ਕਰਨੀ, ਕਾਨਫਰੰਸ ਕਰਨੀ, ਪ੍ਰੋਪਾਗੈਂਡਾ ਕੋਈ ਕ੍ਰਿਮੀਨਲ ਅਫੈਂਸ ਨਹੀਂ ਹੈ, ਛੋਟੀ ਤਾਂ ਸਿਕਿਉਰਿਟੀ ਤਾਂ ਕੋਈ ਨਹੀਂ ਗਈ, ਪਰ ਕਦੀ ਕਦੀ ਜੇਲ੍ਹ ਜਾਣਾ ਪੈ ਜਾਂਦਾ ਮੇਰੇ ਖਿਆਲ ਤੁਹਾਨੂੰ। ਹਾਂ, ਫਿਰ ਤੁਸੀਂ ਜੇ ਸਮਝਦੇ ਹੋ ਉੱਥੇ ਮੇਰੀ ਸਿਕਿਉਰਿਟੀ ਵੱਧ ਜਾਂਦੀ ਹੈ, ਉਹ ਤਾਂ ਗੱਲ ਠੀਕ ਹੈ, ਪਰ ਜਦੋਂ ਮੈਂ ਬਾਹਰ ਹੁੰਦਾ ਸਾਡੀ ਸਿਕਿਉਰਿਟੀ ਤਾਂ ਨਹੀਂ ਹੈ ਜੀ। ਮਾਨ ਸਾਹਿਬ, ਪੰਜਾਬ ਦੇ ਵਿੱਚ ਪਿਛਲੇ 1985 ਤੋਂ ਲੈ ਕੇ ਹੁਣ ਤੱਕ ਕਈ ਸਰਕਾਰਾਂ ਆਈਆਂ, ਅਕਾਲੀ ਦਲ, ਕਦੀ ਕਾਂਗਰਸ ਸਰਕਾਰ, ਤੁਹਾਨੂੰ ਕੀ ਲੱਗਦਾ ਵਾ ਕਿ ਪੰਜਾਬ ਦੀ ਬਿਹਤਰੀ ਵਾਸਤੇ ਇਹਨਾਂ ਦੋਵਾਂ 'ਚੋਂ ਕਿੰਨੇ ਜ਼ਿਆਦਾ ਕੰਮ ਕੀਤਾ, ਅਕਾਲੀ ਦਲ, ਭਾਜਪਾ ਨੇ ਕਿ ਕਾਂਗਰਸ ਨੇ? ਦੇਖੋ, ਸੰਧੂ ਸਾਹਿਬ ਸਾਰਿਆਂ ਨੇ ਲੁੱਟਮਾਰ ਕੀਤੀ ਹੈ, ਇਹ ਅਮਰਿੰਦਰ ਸਿੰਘ ਵੀ ਤੁਹਾਡੀ ਮੋਹਾਲੀ ਦੀ ਅਦਾਲਤ ਦੇ ਵਿੱਚ ਕਟਾਰੇ 'ਚ ਖੜ੍ਹਾ ਕੀਤਾ ਗਿਆ, ਬਾਦਲ ਅਤੇ ਸੁਖਬੀਰ ਵੀ ਖੜ੍ਹੇ ਹੋਏ ਹੈ, ਔਰ ਜੇ ਆਪਾਂ ਕੰਪੈਰੀਜ਼ਨ ਕਰੀਏ, ਇਹ ਨਹਿਲੇ ਅਤੇ ਦਿੱਲੇ ਹੈ, ਪ੍ਰੋਗਰੈਸ ਕਿਸੇ ਨੇ ਨਹੀਂ ਕਰਾਇਆ, ਜ਼ਿਮੀਂਦਾਰ ਉਦੋਂ ਵੀ ਸੁਸਾਈਡ ਕਰਦੇ ਸੀਗੇ, ਅੱਜ ਵੀ ਖੁਦਕੁਸ਼ੀਆਂ ਕਰੀ ਜਾਂਦੇ ਹੈ, ਸਕੂਲਾਂ ਦੇ ਵਿੱਚ ਬਹੁਤੀਆਂ ਕਰ ਰਹੇ ਆ, ਅਤੇ ਸਕੂਲਾਂ ਦੇ ਵਿੱਚ ਪੜ੍ਹਾਈ ਲਿਖਾਈ ਤਾਂ ਬਿਲਕੁਲ ਖਤਮ ਹੋਈ ਪਈ ਹੈ, ਅਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ, ਗਰੀਬੀ ਵੱਲ ਪਿੰਡਾਂ ਦੇ ਵਿੱਚ ਜ਼ੋਰ ਜ਼ਿਆਦਾ ਹੈ, ਨਾ ਕਿ ਬਾਹਰ ਨਿਕਲਣ ਦਾ, ਅਤੇ ਕ੍ਰਾਈਮ ਜਿਹੜਾ ਡਰੱਗਸ ਦਾ ਹੈ, ਇਹ ਬਹੁਤ ਜ਼ਿਆਦਾ ਤਬਾਹੀ ਇਸ ਨੇ ਫੈਲਾ ਦਿੱਤੀ ਹੈ। ਪਰ ਫਿਰ ਜਿਹੜੇ ਤੁਹਾਡੇ ਪੁਰਾਣੇ ਸਾਥੀ ਸੀ, ਜਿਵੇਂ ਸੰਤ ਸਮਾਜ ਜਿਹੜੇ ਵਾ, ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ, ਉਹ ਅਕਾਲੀ ਦਲ ਬਾਦਲ ਦੀ ਕਿਉਂ ਮਦਦ ਕਰ ਰਹੇ? ਉਹ ਵੀ ਪਲਟ ਗਈ ਹੈ। ਸੰਤ ਸਮਾਜ, ਇਹ ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਨਾ ਸੀ ਹਿੰਦੂ ਨਾ ਮੁਸਲਮਾਨ, ਬਾਬਰ ਜਾਬਰ, ਅਤੇ ਹੁਣ ਜੇ ਇਹ ਹੁਣ ਪ੍ਰਚਾਰ ਤਾਂ ਕਰਦੀਆਂ ਨਹੀਂ ਅਤੇ ਜਾਬਰ ਦੇ ਨਾਲ ਰਲ ਗਈਆਂ, ਅਤੇ ਇਹ ਤਾਂ ਬਿਲਕੁਲ ਇਹ ਉਲਟ ਹੈ ਸਾਡੀ ਸਿੱਖੀ ਦੇ ਖਿਲਾਫ, ਆਪਣੇ ਡੇਰਿਆਂ ਦੇ ਵਿੱਚ ਏਅਰ ਕੰਡੀਸ਼ਨ ਇਹਨਾਂ ਨੇ ਚੀਜ਼ਾਂ, ਏਅਰ ਕੰਡੀਸ਼ਨ 1-1 ਕਰੋੜ ਦੀ ਗੱਡੀ ਰੱਖੀ ਹੋਈ ਹੈ, ਅਤੇ ਇਹ ਤਾਂ ਕਿਤੇ ਵੀ ਜ਼ੁਲਮ ਦੇ ਉੱਤੇ ਤਾਂ ਪਹੁੰਚਦੇ ਨਹੀਂ, ਅਤੇ ਇਹਨਾਂ ਨੇ ਜਿਹੜੀ ਕਰਪਸ਼ਨ ਕੀਤੀ ਹੈ, ਬੇਹੱਦ ਕਰਤੀ ਹੈ, ਅਤੇ ਇਹਨਾਂ ਨੂੰ ਮਜਬੂਰੀ ਹੋ ਗਈ ਹੈ, ਜਿਵੇਂ ਬਦਮਾਸ਼ ਹਮੇਸ਼ਾ ਸਰਕਾਰ ਦੇ ਨਾਲ ਚੱਲਦਾ ਹੈ, ਅਤੇ ਇਹ ਡੇਰੇ ਵੀ ਸਰਕਾਰਾਂ ਦੇ ਨਾਲ ਚੱਲਣ ਲੱਗ ਪਏ ਹੈ,
ਜਿਹੜੀ ਬਾਬਰ ਦੀ ਗੱਲ ਹੈ ਇਹ ਇਹਨਾਂ ਨੇ ਛੱਡਤੀ ਹੈ, ਇਹ ਐਸ਼ਪ੍ਰਸਤ ਹੋ ਗਏ। ਪੰਜਾਬ 'ਚ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜਾ ਚੰਗਾ ਹੁੰਗਾਰਾ ਮਿਲਿਆ, 13 'ਚੋਂ 4 ਸੀਟਾਂ ਉਹ ਜਿੱਤ ਗਏ। ਤੁਹਾਨੂੰ ਕੀ ਲੱਗਦਾ ਵਾ ਇਹਦੀ ਕੀ ਵਜ੍ਹਾ ਸੀ? ਇਹਦੀ ਵਜ੍ਹਾ ਇਹੀ ਸੀਗੀ ਕਿ ਇਹ ਸਿੱਖਾਂ ਨੇ ਪਛਾਣ ਨਹੀਂ ਕੀਤੀ ਤੀਜੇ ਬਦਲ ਦੀ, ਅਕਾਲੀ ਦਲ ਅੰਮ੍ਰਿਤਸਰ ਦੀ, ਅਤੇ ਇੱਧਰਲੇ ਪਾਸੇ ਨੂੰ ਝੁੱਕ ਗਏ। ਪਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਇਹ ਜਿਹੜਾ ਸਿੱਖ ਜਜ਼ਬਾਤ ਹੈ, ਉਹਨਾਂ ਦੇ ਪ੍ਰੋਬਲਮਸ ਹੈ, ਉਹਨਾਂ ਨੂੰ ਨਹੀਂ ਪਛਾਣਦੀਆਂ ਹੈਗੀਆਂ। ਇਹ ਸਿੱਖਾਂ ਨੇ ਜੋ ਕੁਛ ਵੋਟਾਂ ਕਾਂਗਰਸ, BJP, ਬਾਦਲ, ਆਮ ਆਦਮੀ ਨੂੰ ਪਾਈਆਂ, ਇਹ ਤਾਂ ਸਿੱਖਾਂ ਨੂੰ ਆਪਣੀ ਪੀੜ੍ਹੀ ਥੱਲੇ ਝਾਤੀ ਮਾਰਨੀ ਪਊਗੀ। 2017 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ, ਉਹਦੇ 'ਚ ਤੁਹਾਨੂੰ ਕੀ ਲੱਗਦਾ ਵਾ ਵੀ ਕੀ ਜਿਹੜਾ ਸਿਨਾਰੀਓ ਆ ਉਹ ਅਨਫੋਲਡ ਹੋਊ? ਹੁਣ ਕਾਂਗਰਸ ਤਾਂ ਫਟੀ ਪਈ ਹੈ, ਇੱਕ ਪਾਸੇ ਅਮਰਿੰਦਰ ਹੈ, ਇੱਕ ਪਾਸੇ ਬਾਜਵਾ ਹੈ, ਅਤੇ ਜਿਹੜੀ ਇਹਨਾਂ ਦੀ ਕੰਪਟੀਸ਼ਨ ਹੋਣੀ ਹੈ ਇੱਕ ਦੂਜੇ ਨੂੰ ਹਰਾਉਣ ਦੀ ਜੀ, ਅਤੇ ਬਾਦਲ ਦੇ ਕੋਲ ਪੈਸਾ ਬੜਾ ਹੈਗਾ, ਇਹਨੇ ਇਕੱਠਾ ਕਰ ਲਿਆ, ਅਤੇ ਹੁਣ ਦੇਖੋ ਜੇ ਆਪਣੀ ਆਵਾਮ ਇਹ ਠੀਕ ਤਰ੍ਹਾਂ ਦੇਖ ਕੇ ਵੋਟ ਪਾਉਂਦੀ ਹੈ। ਬਿਕੋਜ਼ ਇਹ ਕਹਾਵਤ ਹੈ ਕਿ ਪੀਪਲ ਗੈਟ ਦ ਗਵਰਨਮੈਂਟ ਦੇ ਡਿਜ਼ਰਵ ਜੀ, ਹੈ ਨਾ, ਅਤੇ ਫਿਰ ਜੇ ਪੀਪਲ ਇਹੋ ਜਿਹੀ ਸਰਕਾਰ ਨੂੰ ਚਾਹੁਣਗੇ, ਫਿਰ ਇਹੋ ਜਿਹੀ ਚੀਜ਼ ਰਿਪੀਟ ਹੋਊਗੀ। ਅਸੀਂ ਤਾਂ ਆਪਣਾ ਇਹ ਇਲੈਕਸ਼ਨਸ ਦੇ ਵਿੱਚ ਹੈਗੇ ਹੈ, ਅਤੇ ਅਸੀਂ ਪੂਰਾ ਆਪਣੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਪੰਜਾਬ ਦਾ ਆਵਾਮ ਸਾਡੇ ਕੰਨੀ ਆਏ। ਦੋਨੋਂ ਪਾਰਟੀਆਂ ਦੇਖ ਲਈਆਂ ਲੋਕਾਂ ਨੇ ਜੀ, ਅਤੇ ਦੋਨੋਂ ਸਾਰੀਆਂ ਪਾਰਟੀਆਂ ਬਦਨਾਮ ਹੈਗੀਆਂ, ਤਾਂ ਅਸੀਂ ਤਾਂ ਚਾਹੁੰਦੇ ਹਾਂ। ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਅਮੈਰੀਕਾ ਗਏ, ਫਿਰ ਕੈਨੇਡਾ ਗਏ, ਬੜਾ ਚੰਗਾ ਹੁੰਗਾਰਾ ਮਿਲਿਆ, ਸਰਕਾਰਾਂ ਨੇ ਵੀ ਉਹਨਾਂ ਦਾ ਵੈਲਕਮ ਕੀਤਾ, ਜਿਹੜੇ ਸਾਡੇ ਲੋਕ ਆ ਉੱਥੇ ਭਾਰਤੀ ਆ ਜਿਹੜੇ, ਉਹਨਾਂ ਨੇ ਵੀ ਉਹਨਾਂ ਦੀ ਬੜੀ ਬਹੁਤ ਵੱਡਾ ਉਹਨਾਂ ਰੌਕ ਸਟਾਰ ਰਿਸੈਪਸ਼ਨ ਕਹਿੰਦੇ ਦਿੱਤੀ ਆ। ਹੁਣ ਉਹ UK ਜਾਣ ਲੱਗੇ ਆ, ਮੇਰੇ ਖਿਆਲ ਉੱਥੇ ਵੀ ਇਸੇ ਤਰ੍ਹਾਂ ਦੀ ਬੜੀ ਚੰਗੀ ਰਿਸੈਪਸ਼ਨ ਉਹਨਾਂ ਨੂੰ ਮਿਲੂਗੀ। ਤੁਹਾਨੂੰ ਕੀ ਲੱਗਦਾ ਵਾ ਵੀ ਉਹ ਮੁਲਕ ਜਿਹੜੇ ਆ ਉਹ ਬਹੁਤ ਖੁਸ਼ ਆ ਸਾਡੀ ਜਿਹੜੀ ਇਹ ਕਾਰਗੁਜ਼ਾਰੀ ਉੱਪਰ? ਜਿਹੜੀ ਹਿਊਮਨ ਰਾਈਟਸ ਦੀ ਮੂਵਮੈਂਟ ਹੈ ਸੰਧੂ ਸਾਹਿਬ, ਉਹ ਤਾਂ ਵੈਸਟ ਤੋਂ ਹੀ ਆਈ ਹੈ ਜੀ, ਰੂਲ ਆਫ ਲਾਅ ਵੀ ਉੱਥੋਂ ਆਇਆ ਹੈ, ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਵੀ ਉੱਥੋਂ ਆਏ ਹੈ, ਅਤੇ ਇਹ ਜੇ ਵੈਸਟਰਨ ਕੰਟਰੀਜ਼ ਨੇ ਆਪਣੀਆਂ ਪੋਲਿਸੀਜ਼ ਰਿਵਰਸ ਕਰ ਲਈਆਂ, ਅਤੇ ਇਹੋ ਜਿਹੇ ਖੂਨੀ ਆਦਮੀ ਨੂੰ ਉਹ ਉੱਥੇ ਬੁਲਾਉਂਦੇ ਹੈ, ਉਹਨੂੰ ਵੀਜ਼ੇ ਦਿੰਦੇ ਹੈ। ਇਸ ਮੋਦੀ ਨੇ 2002 ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨਾਂ ਦੀ ਕਤਲੇਆਮ ਕੀਤੀ ਹੋਈ ਹੈ, ਮੁਸਲਮਾਨ ਬੀਬੀਆਂ ਨੂੰ ਜ਼ਲੀਲ ਕਰਕੇ, ਉਹਨਾਂ ਦੇ ਉੱਤੇ ਤਸ਼ੱਦਦ ਕਰਕੇ, ਉਹਨਾਂ ਦੇ ਉੱਤੇ ਜਬਰਜਨਾਹ ਕਰਾ ਕੇ, ਵੀਡੀਓ ਟੇਪ ਕਰਕੇ, ਇਹ ਸਾਰਾ ਕੁਛ ਇਸ ਆਦਮੀ ਦੇ ਰੰਗੇ ਹੋਏ ਹੱਥ ਹੋਣ। ਅਤੇ 2013 ਦੇ ਵਿੱਚ ਗੁਜਰਾਤ ਦੇ ਵਿੱਚ ਵਸੇ ਹੋਏ ਸਿੱਖ 60,000 ਜ਼ਿਮੀਂਦਾਰਾਂ ਨੂੰ ਬੇਘਰ ਕਰ ਦੇਣਾ, ਉਹਨਾਂ ਦੀਆਂ ਜ਼ਮੀਨਾਂ ਤੋਂ ਉਹਨਾਂ ਨੂੰ ਅਲੱਗ ਕਰ ਦੇਣਾ, ਤਾਂ ਮੈਂ ਸਮਝਦਾ ਇਹ ਕੋਈ ਬਹਾਦਰੀ ਨਹੀਂ ਅਮੈਰੀਕਾ ਬਹੁਤ। ਫਿਰ ਵੀ ਮੁਲਕ ਨੇ ਉਹਨਾਂ ਨੂੰ ਚੁਣਿਆ ਔਰ ਇਸ ਵੇਲੇ ਪ੍ਰਧਾਨ ਮੰਤਰੀ ਬਣੇ ਆ ਉਹ। ਇਹ ਮੈਨੂੰ ਦੱਸੋ ਕਿ ਤੁਹਾਡਾ ਜਿਹੜਾ ਵੀਜ਼ਾ ਵਾ, ਸ਼ਾਇਦ ਤੁਹਾਡਾ ਬਾਹਰ ਦਾ ਵੀਜ਼ਾ ਤੁਹਾਨੂੰ ਨਹੀਂ ਮਿਲਿਆ, ਉਹਦੀ ਤੁਹਾਨੂੰ ਕੀ ਲੱਗਦਾ ਕੀ ਵਜ੍ਹਾ? ਜੀ ਮੋਦੀ ਸਾਹਿਬ ਨੂੰ ਜਿਨ੍ਹਾਂ ਦੇ ਹੱਥ ਰੰਗੇ ਹੋਏ ਆ ਉਹਨਾਂ ਨੂੰ ਵੀਜ਼ਾ ਦੇ ਰਹੇ ਹੈ, ਅਤੇ ਮੇਰੇ ਖਿਲਾਫ ਤਾਂ ਕੋਈ ਇਹ ਚੀਜ਼ ਹੈ ਨਹੀਂ। ਅਤੇ ਮੇਰਾ ਵੀਜ਼ਾ ਤਾਂ ਭਾਰਤੀ ਸਰਕਾਰ ਨੇ ਜ਼ੋਰ ਪਾ ਕੇ ਰੁਕਵਾਇਆ ਹੋਇਆ ਕੈਨੇਡਾ ਅਤੇ ਅਮੈਰੀਕਾ ਤੋਂ, ਅਤੇ ਅਮੈਰੀਕਾ ਅਤੇ ਕੈਨੇਡਾ ਤਾਂ ਡੈਮੋਕ੍ਰੇਸੀਜ਼ ਨੇ ਜਿਹੜੇ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਦੇ ਵਿੱਚ ਬਿਲੀਵ ਕਰਦੇ ਹੈ, ਅਤੇ ਜੇ ਆਪਾਂ ਚਪੜਾਸੀ ਨੂੰ ਵੀ ਬਰਖਾਸਤ ਕਰਨਾ ਹੋਵੇ ਤਾਂ ਉਹਨੂੰ ਸ਼ੋ ਕੌਜ਼ ਨੋਟਿਸ ਦਿੰਦੇ ਹਾਂ ਕਿ ਵਜ੍ਹਾ ਦੱਸ ਕਿ ਤੈਨੂੰ ਨੌਕਰੀ ਤੋਂ ਕਿਉਂ ਹਟਾਇਆ ਜਾਵੇ। ਤੁਹਾਨੂੰ ਕੋਈ ਨੋਟਿਸ ਨਹੀਂ ਦਿੰਦਾ? ਨਹੀਂ, ਨਾ ਅਮੈਰੀਕਾ ਨੇ ਨਾ ਕੈਨੇਡਾ ਨੇ। ਇਹ ਤਾਂ ਮਾਨ ਸਾਹਿਬ ਇਹ ਦੱਸੋ, ਹੁਣ ਤੁਸੀਂ ਇਹ ਕਹਿ ਰਹੇ ਜੇ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਇੱਕ ਤਰੀਕੇ ਦੀ ਕੱਠਪੁਤਲੀ ਸਰਕਾਰ ਆ, ਜਿਹੜੀ ਦਿੱਲੀ ਦੇ ਵਿੱਚ ਸਰਕਾਰ ਆ ਉਹਨਾਂ ਦੇ ਹੱਥ ਰੰਗੇ ਆ, ਅਤੇ ਬਾਹਰਲੀਆਂ ਸਰਕਾਰਾਂ ਜਿਹੜੀਆਂ ਵਾ ਉਹ ਸਾਡੇ ਦਬਾਅ ਥੱਲੇ ਆ ਕੇ ਉਹ ਇਹਨਾਂ ਨੂੰ ਵੈਲਕਮ ਕਰਦੀਆਂ ਵਾ, ਅਤੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਉਹਨਾਂ ਨੂੰ ਨਹੀਂ ਵੈਲਕਮ ਕਰਦੀਆਂ, ਅਤੇ ਫਿਰ ਆਪਣੇ ਨਾਲ ਕੌਣ ਆ? ਫਿਰ ਕੋਈ ਵੀ ਨਾ ਹੋਵੇ ਸਾਡੇ ਨਾਲ, ਅਖਲਾਕ ਤਾਂ ਹੈਗਾ ਨਾ ਸੰਧੂ ਸਾਹਿਬ, ਅਸੀਂ ਅਖਲਾਕ ਕਿਤੇ ਨਾਲ ਤਾਂ ਚੱਲ ਰਹੇ ਹਾਂ। ਜੇ ਬਾਹਰ ਦੇ ਮੁਲਕ ਮੁਸਲਮਾਨਾਂ ਤੋਂ ਅੱਕ ਕੇ ਹਿੰਦੂਆਂ ਦੇ ਨਾਲ ਸੁਲਾਹ ਕਰਨਾ ਚਾਹੁੰਦੇ ਹੈ ਜੀ, ਤਾਂ ਫਿਰ ਅਸੀਂ ਉਹਨਾਂ ਨੂੰ ਰੋਕ ਤਾਂ ਨਹੀਂ ਨਾ ਸਕਦੇ ਹੈਗੇ। ਉਹ ਸਮਝਦੇ ਹੈ ਕਿ ਜਿਹੜੇ ਹਿੰਦੂ ਹੈ ਇਹ ਮੁਸਲਮਾਨਾਂ ਦਾ ਮੁਕਾਬਲਾ ਇੱਧਰੋਂ ਕਰਾਂਗੇ ਅਤੇ ਅਸੀਂ ਉੱਧਰੋਂ ਕਰਾਵਾਂਗੇ, ਅਤੇ ਕਰ ਰਹੇ ਆ ਉਹ ਮੁਸਲਮਾਨਾਂ ਦਾ ਸਾਰੇ ਪਾਸੇ ਇਹ
there is turbulence in the Islamic world and thank you very much Mann sahab mere de dwara tarna gurfat karange vaheguru ji ka khalsa vaheguru fateh ji ਇਹ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਸਮਰਥਨ ਅੱਗੇ ਨਾਲੋਂ ਕਾਫੀ ਘਟਿਆ ਹੈ ਪਰ ਉਹਨਾਂ ਦੇ ਕੁਝ ਹਮਾਇਤੀ ਹਾਲੇ ਵੀ ਉਹਨਾਂ ਦੀ ਸਹੁੰ ਖਾਂਦੇ ਨੇ ਉਹਨਾਂ ਨਾਲ ਤੁਸੀਂ ਸਹਿਮਤ ਹੋਵੋ ਜਾਂ ਨਾ ਇੱਕ ਗੱਲ ਮੰਨੀ ਪਏਗੀ ਕਿ ਉਹ ਆਪਣੇ ਵੱਖਰੇ ਸਿੱਖ ਰਾਜ ਦੇ ਮਿੱਥੇ ਨਿਸ਼ਾਨੇ 'ਤੇ ਹਾਲੇ ਵੀ ਖੜ੍ਹੇ ਨੇ ਅੱਜ ਇੰਨਾ ਹੀ ਨਮਸਕਾਰ ਸਤਿ ਸ਼੍ਰੀ ਅਕਾਲ